पंजाब दी मेरे मुख ते वगदा
ਸ਼ਾਦੀ ਹੋ। ਸਤਿ ਸ਼੍ਰੀ ਅਕਾਲ ਸਾਰੇ ਇੱਥੇ ਬੈਠੇ ਜੱਜਸ ਨੂੰ। ਮੈਂ ਮਨਪ੍ਰੀਤ ਕੌਰ ਲੁਧਿਆਣੇ ਦੀ ਜੰਮੀ ਅਤੇ ਹੁਸ਼ਿਆਰਪੁਰ 'ਚ ਵਿਆਹੀ ਹਾਂ। ਮੈਨੂੰ ਮੇਰੇ ਪੇਰੈਂਟਸ ਦਾ ਔਰ ਮੇਰੇ ਇਨ-ਲੋਜ਼ ਦਾ ਸਪੈਸ਼ਲੀ ਮੇਰੇ ਹਸਬੈਂਡ ਦਾ ਬਹੁਤ ਸਪੋਰਟ ਰਿਹਾ। 9 ਸਾਲ ਹੋ ਗਏ ਮੇਰੀ ਮੈਰਿਜ ਨੂੰ ਔਰ ਮੇਰੇ 2 ਬੱਚੇ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਦੋਂ ਮਤਲਬ ਬੱਚੇ ਜੰਮਣ 'ਤੇ ਘਰ ਦੇ ਗੇਟ ਦੇ ਅੱਗੇ ਕਿਹੜੇ ਰੁੱਖ ਦੇ ਪੱਤੇ ਬੰਨੇ ਜਾਂਦੇ ਆ? ਵੈਸੇ ਮੋਸਟਲੀ ਲੋਕਾਂ ਦਾ, ਮੈਂ ਇਸ ਸਵਾਲ ਨੂੰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੂੰਗੀ। ਵੈਸੇ ਲੋਕ ਲਾਈਕ, ਮੈਂ ਜਦੋਂ ਇਸ ਚੀਜ਼ ਨੂੰ, ਮੈਨੂੰ ਪਹਿਲੀ ਵਾਰ ਪਤਾ ਚੱਲਿਆ ਸੀ, ਲੋਕ ਕਹਿੰਦੇ ਮੁੰਡੇ ਜੰਮਣ 'ਤੇ ਲੋਕ ਉਹ ਵਾਲੇ ਰੁੱਖ ਦੇ ਪੱਤੇ ਬੰਨਦੇ ਨੇ, ਬਟ ਮੈਂ ਸਵਾਲ ਚੇਂਜ ਕਰਦਾ ਕਿ ਲੋਕਾਂ ਨੂੰ ਚਾਹੀਦਾ ਕਿ ਕੁੜੀਆਂ ਦੇ ਜੰਮਣ 'ਤੇ ਵੀ ਉਹਨਾਂ ਪੱਤਿਆਂ ਨੂੰ ਕਰਨਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਪੁੱਛਿਆ ਕਿ ਬੱਚਾ ਜੰਮਣ 'ਤੇ ਕਿਹੜੇ ਰੁੱਖ ਦੇ ਪੱਤੇ ਆਪਣੇ ਦਰਵਾਜ਼ੇ 'ਤੇ ਬਿਠਾਉਂਦੇ ਨੇ? ਨਹੀਂ, ਨਿੰਮ ਦੇ ਪੱਤੇ ਉੱਨੇ ਜਾਂਦੇ ਨੇ। ਹੋਰ ਤੁਹਾਡੇ ਵਿੱਚ ਕੋਈ ਟੈਲੈਂਟ ਤੁਹਾਨੂੰ ਕੀ? ਸਿੰਗਿੰਗ, ਡਾਂਸ। ਅੱਛਾ ਜੀ। ਫਾਰਮਲ ਫੈਸ਼ਨ ਡਿਜ਼ਾਈਨ ਕੀਤੀ ਹੋਈ ਹੈ। ਅੱਛਾ। ਕਮਲ ਜੀ ਦੀ ਡਿਮਾਂਡ ਆਈ ਹੈ ਕਿ ਗਾਣਾ ਸੁਣਿਆ ਜਾਏ ਕੋਈ ਤੁਹਾਡੇ ਤੋਂ। ਜੋ ਬਿਜ਼ਨਸਮੈਨ ਹੁੰਦੇ ਜੋਬ ਕਰਨ,
they allow. Means कि आपको हमेशा similar feel हुआ, आपको equal feel हुआ, आपको कभी भी नहीं लगा कि never ever. मेरी क्योंकि मेरी बेटी भी dates आ रही है, वो भी मेरे husband ने संभाली क्योंकि being businessman वो late जा सकते थे. I have proper time. That's really good and ये बहुत अच्छी चीज़ है आपकी family की जो आपको इतने अच्छे upbringing मिले हैं. Thank you. स्मृति मैम हो मैं नोटिस किया जिन्हें भी तुम है ना पंजाब रिलेटेड या क्वेश्चन पूछे मैम सब तो पहले एक्सप्रेशन होती मतलब इन्हों ए लगता देखे कि इन्होंने आंसर पता होता है मैं नोटिस कर रहा थी फेशियल एक्सप्रेशन तो मैं चाहता कि तुम इन्होंने कोई क्वेश्चन पूछो है ना पंजाब रिलेटेड या किसी भी मैं गल बोलना चाहती हूँ मैं सारी वीडियो पिछली देख के आई हूँ मौके तेने क्वेश्चन याद नहीं रहते क्योंकि मैं आप तैयारी की हुई सी फुलकारी किन्ने पाई है बाग किन्ने पाया ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਵਾਕਈ ਸੱਚੀ ਧੀਆਂ ਕਿਤੇ ਨਾ ਕਿਤੇ ਥੋੜਾ ਜਿਹਾ ਮੁੰਡਿਆਂ ਤੋਂ ਵੀਰਾਂ ਤੋਂ ਹਟ ਕੇ ਹੀ ਹੁੰਦੀਆਂ ਨੇ ਮਤਲਬ ਜਿੱਥੇ ਵੀ ਹੋਣ ਮਾਂ ਬਾਪ ਦੀ ਸੁੱਖੀ ਮੰਗਦੀਆਂ ਨੇ ਹਨਾ ਤੇ ਸਾਡੀ ਨੈਕਸਟ ਲੜਕੀ ਹੈ ਰਮਨਦੀਪ ਕੌਰ 119 चौथा चलो हम यही दसो चलो चार चपा मंगाने यही दसो तुम अपने हसबेंड को किवें कहते हो यही सेम डायलॉग जय रोटी बन गई आके खा लो पहले तो मैं थानू कहना चाहूंगी तुम बहुत प्यारे लग रहे हो मतलब सिंपल एंड सोबर मतलब बहुत मतलब मैं तो मतलब देखन सी सब तो मतलब सिंपल सोबर जी तुम आ रहे थे एक मतलब पंजाबी है एक ਪੰਜਾਬੀ ਮਤਲਬ ਜੱਟੀ ਵਾਲੀ ਝਲਕ ਜੇ ਤੁਸੀਂ ਕਹਿ ਲਓ ਉਹ ਮੈਨੂੰ ਮਤਲਬ ਹੈ ਨਾ ਹਾਂ ਬਿਲਕੁਲ ਸਿੰਪਲਿਸਿਟੀ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਅਕੋਰਡਿੰਗ ਲਾਈਕ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ ਨੂੰ ਦੋ ਸਾਲ ਤੁਸੀਂ ਮਤਲਬ ਕੀ ਕਰਦੇ ਹੋ ਵੈਸੇ ਬਾਈ ਪ੍ਰੋਫੈਸ਼ਨ ਮੈਂ ਹਾਲੇ ਫੁਲਕਾਰੀ ਹਾਂ ਓਕੇ ਓਕੇ ਠੀਕ ਹੈ ਵੈਸੇ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਕੀ ਡ੍ਰੀਮ ਤੁਸੀਂ ਬਚਪਨ ਤੋਂ ਇੱਕ ਹਰ ਇੱਕ ਪਰਸਨ ਦਾ ਇੱਕ ਡ੍ਰੀਮ ਹੁੰਦਾ ਨਾ ਕਿ ਮੈਂ ਖੜੀ ਹਾਂ ਨਾ ਇਹ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਓਕੇ ਵੈਰੀ ਗੁੱਡ ਆਲ ਦੀ ਬੈਸਟ ਫॉर योर ਫਿਊਚਰ ਕਿ ਤੁਸੀਂ ਜਿਹੜਾ ਸੁਪਨਾ ਤੁਹਾਡਾ ਹੈਗਾ ਉਹ ਜਲਦੀ ਨਾਲ ਸਾਕਾਰ ਕਰੇ ਥੈਂਕ ਯੂ ਸੋ ਮਚ ਹਾਂਜੀ ਮੈਨੂੰ ਇਹਨਾਂ
ਸਾਰੀਆਂ ਕੁੜੀਆਂ ਦੀਆਂ ਗੱਲਾਂ ਸੁਣ ਕੇ ਲੱਗਦਾ ਕਿ ਇਹਨਾਂ ਦੇ ਹਸਬੈਂਡ ਬੜੀ ਸਪੋਰਟ ਕਰਦੇ ਨੇ ਇਹਨਾਂ ਨੂੰ ਹਨਾ, ਕਹਿੰਦੇ ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ, ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ, ਤੂੰ ਮੇਰੀ ਜਾਨ ਕਰ ਇਨਕਾਰ ਨਹੀਂ ਸਕਦੇ, ਕਹਿੰਦੇ ਤੂੰ ਮੇਰੀ ਜਾਨ ਕਰ ਇਨਕਾਰ ਨਹੀਂ ਸਕਦੇ, ਮੰਨਿਆ ਕਿ ਜ਼ਿੰਦਗੀ ਲੈਂਦੀ ਹੈ ਇਮਤਿਹਾਨ ਬੜੇ, ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ, ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ। ਹਾਂਜੀ, ਸਾਡੀ ਨੈਕਸਟ ਲੜਕੀ ਹੈ ਪਰਮਜੀਤ ਕੌਰ, ਸੋਰੀ ਪਰਮਜੀਤ ਨਹੀਂ ਹੈ, ਰਜਨੀ 1-1।